ਅੰਮ੍ਰਿਤਸਰ ਦੇ ਥਾਣਾ ਵੇਰਕਾ ਦੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਇਲਾਕੇ ਦੇ ਵਿੱਚ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਤਾਵਾ ਕੀਤਾ ਜਿਨ੍ਹਾਂ ਤੇ ਪਹਿਲਾਂ ਹੀ ਵਕ ਵਕ ਥਾਣਿਆਂ ਦੇ ਵਿੱਚ ਕਈ ਕੇਸ ਦਰਜ ਨੇ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸੇ ਦੇ ਚਲਦਿਆਂ ਅੱਜ ਲੁੱਟਖੋ ਅਤੇ ਚੋਰੀ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬੀਤੇ ਦਿਨੀ ਇੱਕ ਔਰਤ ਤੋਂ ਮੋਬਾਈਲ ਫੋਨ ਖੋਣ ਦੀ ਸ਼ਿਕਾਇਤ ਮਿਲਣ ਤੇ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਤੋਂ ਖੋਹਿੱਤਾ ਮੋਬਾਈਲ, ਹਥਿਆਰ ਅਤੇ ਵਾਰਦਾਤ ਸਮੇ ਵਰਤਿਆ ਗਿਆ ਬਾਈਕ ਬਰਾਮਦ ਕੀਤਾ ਗਿਆ। ਜਦੋਂ ਕਿ ਦੂਜਾ ਮਾਮਲਾ ਇੱਕ ਘਰ ਦੇ ਵਿੱਚ ਚੋਰੀ ਕਰਨ ਦਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਦੋ આરોપીਾਂ ਦੀ ਗ੍ਰਿਫਤਾਰੀ ਹੋਈ ਹੈ ਮੁਖ ਅਫਸਰ ਥਾਣਾ ਵੀਰਕਾ ਐਸੇਨ ਸ਼ਾਨ ਸਿੰਘ ਅਸੀਂ ਮਗਰਲੇ ਦਿਨਾਂ ਤੋਂ ਡਰੱਗ ਵੇਚਣ ਵਾਲੇ ਤੇ ਚੋਰਾਂ ਦੇ ਖਿਲਾਫ ਡੁੱਟ ਖੋ ਵਾਲਿਆਂ ਦੇ ਖਿਲਾਫ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜਸਕਰਨ ਸਿੰਘ ਜੀ ਆਈਪੀਐਸ ਅੰਮ੍ਰਿਤਸਰ ਸ਼ਹਿਰ ਡੀਸੀਪੀ ਸਰਦਾਰ ਮੁਖਵਿੰਦਰ ਸਿੰਘ ਦੀ ਭੁੱਲਰ ਡਿਟੈਕਟਿਵ ਏਡੀਸੀਪੀ ਸ਼੍ਰੀ ਅਭਿਮਨਯੂ ਰਾਣਾ ਜੀ ਆਈਪੀਐਸ ਤੇ ਏਸੀਪੀ ਗੁਰਪ੍ਰਤਾਪ ਸਿੰਘ ਜੀ ਈਸਟ ਉਹਨਾਂ ਦੀਆਂ ਦਿਸ਼ਾ ਨਿਰਦੇਸ਼ ਤੇ ਮਾੜੇ ਅੰਸਰਾਂ ਦੇ ਖਰਾਮ ਜਿਹੜੀ ਆ ਇਹ ਮਹਿਮ ਵਿੱਡੀ ਸੀ ਜਿਹੜਾ ਕਿ ਮਕਤਬਾ ਨੰਬਰ ਜਿਹੜਾ 103 ਹੈ ਰਣਜੀਤ ਕੌਰ ਪਤਨੀ ਬਲਵਿੰਦਰ ਸਿੰਘ ਜਿਹੜੀ ਹੈ ਉਹ ਸੋਸ਼ਲ ਵਰਕਰ ਵੀ ਆ ਉਹਨੇ ਦਰਜ ਕਰਾਇਆ ਸੀ ਉਹ ਘਰ ਦੇ ਬਾਹਰ ਬੈਠੀ ਸੀ ਪਰ ਉਹਦਾ ਤੱਕੇ ਨਾਲ ਇਹਨਾਂ ਨੇ ਧੱਕਾ ਮਾਰ ਕੇ ਮੋਬਾਈਲ ਜਿਹੜਾ ਖੋਹ ਕੇ ਲੈ ਗਏ ਬਟ ਉਹਦੇ ਸੱਟਾਂ ਵਗੈਰਾ ਵੀ ਲੱਗੀਆਂ ਸੀ ਛੁਰੀ ਵੀ ਸੀ ਇਹਨਾਂ ਕੋਲੇ ਉਹ ਅਸੀਂ ਤੁਰੰਤ ਕਾਰਵਾਈ ਕਰਦਿਆਂ ਜਿਹੜਾ ਕਿ 26 ਤਰੀਕ ਨੂੰ ਐਫ ਆਈ ਆਰ ਲੋਜ ਕਰਕੇ ਤੇ 28 ਤਰੀਕ ਨੂੰ ਜਿਹੜਾ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਦੇ ਵਿੱਚ ਦੋਸ਼ੀ ਪਵਿੱਤਰ ਸਿੰਘ ਸਨ ਆਫ ਮਲੂਕ ਸਿੰਘ ਤੇ ਦੂਸਰਾ ਸੋਨ ਸਿੰਘ ਉਰਫ ਸੋਨਾ ਪੁੱਤਰ ਅਰੂਪ ਸਿੰਘ ਅਤੇ ਰਾਜੂ ਪੁੱਤਰ ਪਲੇਟ ਅਮਰੀਕ ਸਿੰਘ ਇਹ ਤਿੰਨੇ ਪਲੋਰੀ ਵੜੈਚ ਦੇ ਸੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚ ਕਬਜ਼ੇ ਵਿੱਚ ਖੋਇਆ ਹੋਇਆ ਮੋਬਾਈਲ ਜਿਹੜਾ ਉਹ ਬਰਾਮਦ ਕਰ ਲਿਆ ਔਰ ਛੁਰੀ ਵੀ ਅਸੀਂ ਜਿਹੜੀ ਸੀ ਇਹਨਾਂ ਤੋਂ ਰਿਮਾਂਡ ਦੇ ਦੌਰਾਨ ਬਰਾਮਦ ਕੀਤੀ ਤੇ ਰਿਮਾਂਡ ਤੇ ਹੁਣ ਜਿਹੜਾ ਮੋਟਰਸਾਈਕਲ ਜਿਸ ਤੇ ਇਹਨਾਂ ਨੇ ਵਾਰਦਾਤ ਚ ਵਰਤਿਆ ਸੀ ਉਹ ਵੀ ਅਸੀਂ ਜਿਹੜਾ ਕਿ ਬਰਾਮਦ ਕਰ ਲਿਆ ਹੁਣ ਹੋਰ ਵੀ ਵਾਰਦਾਤਾਂ ਜਿਹੜੀਆਂ ਇਹ ਇਹਨਾਂ ਨੇ ਮੰਨੀਆਂ ਕੀਤੀਆਂ ਬਟ ਉਹਨਾਂ ਬਾਰੇ ਵੀ ਸਾਰਾ ਅਸੀਂ ਇਹਨਾਂ ਦੇ ਮਤਲਬ ਤਫਤੀਸ਼ ਕਰ ਰਹੇ ਹਾਂ ਤੇ ਇਹਨਾਂ ਤੇ ਪਹਿਲਾਂ ਵੀ ਜਿਹੜੇ ਕਾਫੀ ਕੇਸ ਜਿਹੜੇ ਆ ਲੁੱਟ ਖੋਹ ਦੇ ਰਜਿਸਟਰਡਸ ਇਸ ਤੋਂ ਇਲਾਵਾ ਮੁਕਦਮਾ ਨੰਬਰ ਜਿਹੜਾ 104 ਮਿਤੀ 1/12 ਕੱਲ ਅਸੀਂ ਦਰਜ ਰਿਸਟਰ ਮਦਈ ਜਿਹੜਾ ਹੈਗਾ ਸੀ ਸਹਿਲਦੀਪ ਸਿੰਘ ਸਨ ਉਪ ਸਤਨਾਮ ਸਿੰਘ ਦੇ ਬਿਆਨ ਤੇ ਦਰਜ ਰਿਸਟਰ ਕੀਤਾ ਸੀ ਜਿਹੜਾ ਆਪਣੇ ਸਹੁਰੇ ਪਰਿਵਾਰ ਚ ਚੰਡੀਗੜ੍ਹ ਗਿਆ ਸੀ ਘਰ ਨੂੰ ਆਪਣੇ ਨੂੰ ਤਾਲਾ ਲਾ ਕੇ ਪਰਿਵਾਰ ਸਮੇਤ ਜਦੋਂ ਉਹਨੂੰ ਵਾਪਸ ਆਇਆ ਤੇ ਉਹਨੇ ਵੇਖਿਆ ਕਿ ਇਹਦੇ ਘਰ ਚ ਚੋਰੀ ਹੋਈ ਸੀ ਜਿਨੇ ਮਤਲਬ ਕਿਹਾ ਕਿ ਮੇਰਾ ਭਤੀਜਾ ਜਿਹੜਾ ਹੈਗਾ ਸੁਖਪ੍ਰੀਤ ਸਿੰਘ son of ਰਮਨਦੀਪ ਸਿੰਘ ਉਹਤੇ ਮੈਨੂੰ ਸ਼ੱਕ ਹੈ ਕਿ ਉਹਨੇ ਚੋਰੀ ਕੀਤੀ ਹੈ ਜਿਹੜਾ ਅਸੀਂ ਇਹ ਵੀ ਕਾਰਵਾਈ ਫੌਰਨ ਕਾਰਵਾਈ ਕਰਦਿਆਂ ਉਹਨੂੰ ਅਸੀਂ ਗ੍ਰਫਤਾਰ ਕੀਤਾ ਤੇ ਉਹਦੇ ਫਰਦਿੰਗ ਸਾਥ ਤੇ ਇਹਦਾ ਸਾਥੀ ਜਿਹੜਾ ਕਰਨਦੀਪ ਸਿੰਘ son of ਸ਼ਮਸ਼ੀਰ ਸਿੰਘ ਸੀ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਇਹਨਾਂ ਨੂੰ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਮਤਲਬ ਜਿਹੜਾ ਚੋਰੀ ਹੋਇਆ ਜੁਐਲਰੀ ਜਿਹੜੀ ਆ ਕੁਝ ਅਸੀਂ ਪ੍ਰਾਪਤ ਕਰ ਲਈ ਹੈ ਬਾਕੀ ਜਿਹੜਾ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਪੇਸ਼ ਕਰਕੇ ਅਦਾਲਤ ਚਹੀਂ ਹਾਸਲ ਕਰ ਰਹੇ ਆ ਤੇ ਜਿਹੜੀਆਂ ਹੋਰ ਵੀ ਇਹਨਾਂ ਨੇ ਕੁਚੋਰੀਆਂ ਕੀਤੀਆਂ ਉਹ ਵੀ ਤੇ ਬਾਕੀ ਰਹਿੰਦਾ ਸਮਾਨ ਜਿਹੜਾ ਵਾ ਉਹਦੀ ਬਰਾਮਦਗੀ ਕੀਤੀ ਜਾ ਇਹ ਚਾਰ ਨਹੀਂ 5 5 ਦਾ ਇਹ ਜਿਹੜਾ ਸਮਾਨ ਹੈ ਜਿਹੜਾ ਚੋਰੀ ਚ ਨਾ ਕੀਤਾ ਹੁੰਦਾ ਸੀ ਇਹਦੇ ਬਾਰੇ ਇਹ ਸਾਰਾ ਕਾਰ ਤਪੀਸ਼ ਕਰ ਰਹੇ ਆ ਤਪੀਸ਼ ਦੇ ਦੌਰਾਨ ਜਿਹਦਾ ਵੀ ਰੋਲ ਪਾਇਆ ਗਿਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਾਂਗੇ ਲਗਾਤਾਰ ਚੋਰੀਆਂ ਵੱਧ ਰਹੀਆਂ ਨੇ ਪੁਲਿਸ ਚਾਹੀਦੀ ਨਾ ਤਾਂ ਪੰਚੀ ਕਰਦੀ ਪਰ ਫਿਰ ਵੀ ਚੋਰੀਆਂ ਵੱਧਦੀ ਜਾਂਦੀਆਂ ਕੋਈ ਨਹੀਂ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਮੈਂ ਵਿੱਢੀ ਹੈ ਪੁਲਿਸ ਪੂਰੀ ਐਕਟਿਵ ਆ ਅਸੀਂ ਪੂਰੇ ਸਾਨੂੰ ਇਲਾਕੇ ਦਾ ਵੀ ਪੂਰਾ ਸੰਯੋਗ ਮਿਲ ਰਿਹਾ ਤੇ ਅਸੀਂ ਇਹਨਾਂ ਨੂੰ ਨੱਥ ਪਾ ਕੇ ਰੱਖਾਂਗੇ ਕਿਸੇ ਵੀ ਡਰੱਗ ਵੇਚਣ ਵਾਲੇ ਨੂੰ ਜਾਂ ਕਿਸੇ ਵੀ ਲੁੱਟ ਖੋਹ ਕਰਨ ਵਾਲੇ ਨੂੰ ਗੈਂਗਸਟਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਇਹਨਾਂ ਨੂੰ ਮਤਲਬ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਮੇਂ-ਸਮੇਂ ਸਮੇਂ ਚੱਲਦੀ ਰਹੇਗੀ ਬਹੁਤ ਵੱਡੀ ਘਟਨਾ ਨੂੰ ਇਹਨੇ ਅਨਜਾਨ ਦਿੱਤਾ ਹੋਏਗਾ ਕੁਝ ਸਾਹਮਣੇ ਆ ਸਕਦਾ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਵੀ ਗੱਲ ਸਾਡੀ ਤਫ਼ਤੀਸ਼ ਜਾਰੀ ਹੈ ਤੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਖਲਾਸਾ ਕਰਦੇ ਹਾਂ। ਸਕਾਈ ਨਿਊਜ਼ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਰਗੂ ਮਹਿੰਦਰੂ ਦੀ ਰਿਪੋਰਟ। ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰ। ਮੀਆਂ ਬਿਲਾਲ ਖਾਨ ਮੋਬਾਈਲ ਨੰਬਰ 9877717500 ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੌਤਨ ਦੁਸ਼ਮਣ ਦਾ ਖਾਤਮਾ ਤਲਾਕ ਕੇਸ ਜ਼ਮੀਨੀ ਝਗੜਾ ਕਰਜ਼ਾ ਮੁਕਤੀ ਵਿਦੇਸ਼ ਯਾਤਰਾ ਵਿਦੇਸ਼ ਚ ਪੱਕੇ ਹੋਣਾ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੀਆਂ ਬਿਲਾਲ ਖਾਨ ਮੋਬਾਈਲ ਨੰਬਰ 98787 17500। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।